ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਦੋਸਤੋ, ਪੰਜਾਬੀ ਅਦਾਕਾਰ ਦੀਪ ਸਿੱਧੂ ਤੇ 17ਵੀਂ ਸਦੀ ਦੇ ਸਮਾਰਕ ਲਾਲ ਕਿਲ੍ਹਾ ਤੇ ਸਾਜ਼ਿਸ਼ ਦੇ ਇਲਜ਼ਾਮ ਲੱਗੇ ਹਨ। 26 ਜਨਵਰੀ ਨੂੰ ਲਾਲ ਕਿਲ੍ਹਾ ਤੋਂ ਪ੍ਰਾਚੀ ਤੇ ਕੇਸਰੀਆ ਝੰਡਾ ਲਹਿਰਾਉਣ ਵਾਲੇ ਦੀਪ ਸਿੱਧੂ ਨੂੰ ਹੁਣ NIA ਨੇ ਤਲਬ ਕਰ ਦਿੱਤਾ ਹੈ। ਇਹ ਨੋਟਿਸ 6 ਫਾਰ ਜਸਟਿਸ ਮਾਮਲੇ 'ਚ ਭੇਜਿਆ ਗਿਆ ਹੈ ਅਤੇ ਦੋਸਤੋ ਦੀਪ ਸਿੱਧੂ ਦਾ ਇਹ ਸਭ ਤੋਂ ਸਪਸ਼ਟੀਕਰਨ, ਸਨੀ ਦਿਓਲ ਦਾ ਬਿਆਨ ਅਤੇ ਹੋਰ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਾਂ ਤੁਸੀਂ ਦੋਸਤੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ, ਕਿਉਂਕਿ ਇਹ ਸਾਰੇ ਅਪਡੇਟਸ ਹੀ ਤੁਹਾਡੇ ਲਈ ਜਾਣਨੇ ਬਹੁਤ ਜ਼ਰੂਰੀ ਹਨ। ਤਾਂ ਦੋਸਤੋ ਦੀਪ ਸਿੱਧੂ ਨੇ ਕੱਲ੍ਹ 26 ਜਨਵਰੀ ਨੂੰ ਫੇਸਬੁੱਕ ਉੱਪਰੋਂ ਲਾਈਵ ਆ ਕੇ ਲਾਲ ਕਿਲ੍ਹੇ ਉੱਪਰੋਂ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਸੀ ਅਤੇ ਨਾਲ ਹੀ ਇਹ ਸਭ ਤੋਂ ਬਾਅਦ ਜਦੋਂ ਦੀਪ ਸਿੱਧੂ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਸਾਰੀ ਹਿੰਸਾ ਦਾ ਸਿਹਰਾ ਦੀਪ ਸਿੱਧੂ ਦੇ ਸਿਰ 'ਤੇ ਹੈ, ਤਾਂ ਇਸ 'ਤੇ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸਨੇ ਕਿਹਾ ਹੈ ਕਿ ਕੱਲ੍ਹ ਜੋ ਕੁਝ ਵੀ ਹੋਇਆ ਉਹ ਸ਼ਾਂਤੀ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਦੇ ਦਿਲਾਂ ਦੇ ਅੰਦਰ ਭਰੇ ਹੋਏ ਗੁੱਸੇ ਦਾ ਕਰਕੇ ਹੋਇਆ, ਜੋ ਕਿ ਕੱਲ੍ਹ ਲੋਕਾਂ ਦੇ ਸਾਹਮਣੇ ਆ ਗਿਆ ਅਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅਸੀਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਅਤੇ ਨਾਲ ਹੀ ਇਸ ਵੀਡੀਓ ਰਾਹੀਂ ਦੀਪ ਸਿੱਧੂ ਨੇ ਕਿਹਾ ਹੈ ਕਿ ਅਸੀਂ ਵਿਰੋਧ ਚਿਤਾਉਣ ਅਤੇ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਦਿਆਂ ਲਾਲ ਕਿਲ੍ਹੇ 'ਤੇ ਸਿਰਫ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਹੈ। ਅਤੇ ਜਦੋਂ ਉਹਨਾਂ 'ਤੇ ਇਲਜ਼ਾਮ ਲੱਗੇ ਕਿ ਦੀਪ ਸਿੱਧੂ ਨੇ ਅੰਦੋਲਨ ਖਰਾਬ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਭੜਕਾਇਆ ਹੈ, ਤਾਂ ਇਸ 'ਤੇ ਉਹਨਾਂ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਪਹਿਲਾਂ ਕਿਸਾਨ ਆਗੂਆਂ ਅਤੇ ਸਾਡੇ ਵਿਚਾਲੇ ਇਹ ਰਾਏ ਨਹੀਂ ਬਣ ਰਹੀ ਸੀ, ਕਿਉਂਕਿ ਕਈ ਨੌਜਵਾਨ ਚਾਹੁੰਦੇ ਸਨ ਕਿ ਮਾਰਚ ਰਿੰਗ ਰੋਡ ਉੱਪਰੋਂ ਹੋਵੇਗਾ ਅਤੇ ਇਸੇ ਗੱਲ ਨੂੰ ਨਾਲ ਲੈ ਕੇ ਉਹ ਕਿਸਾਨ ਆਗੂਆਂ ਕੋਲ ਵੀ ਗਏ ਸਨ, ਜਿਨ੍ਹਾਂ ਨੇ ਉਹਨਾਂ ਦੀ ਗੱਲ ਇਗਨੋਰ ਕੀਤੀ ਅਤੇ ਕਿਹਾ ਕਿ ਜਿਹੜੇ ਰਾਹ 'ਤੇ ਉਹਨਾਂ ਨੇ ਕਿਹਾ ਹੈ ਅੰਦੋਲਨ ਉਸੇ ਰਾਹ ਉੱਤੇ ਹੀ ਜਾਵੇਗਾ। ਅਤੇ ਜਦੋਂ ਮਾਰਚ ਰਿੰਗ ਰੋਡ ਉੱਪਰੋਂ ਚੱਲਿਆ ਤਾਂ ਹਜ਼ਾਰਾਂ ਲੋਕਾਂ ਵਿੱਚ ਇੱਕ ਦੀਪ ਸਿੱਧੂ ਵੀ ਸੀ ਅਤੇ ਨਾਲ ਹੀ ਕਿਹਾ ਹੈ ਕਿ ਅਸੀਂ ਸੰਘਰਸ਼ਾਂ ਦੇ ਵਹਿਣ ਨੂੰ ਇੱਕ ਬੰਦੇ ਨਾਲ ਜੋੜ ਕੇ ਉਸ ਨੂੰ ਵਿਲਨ ਬਣਾ ਦਿੰਦੇ ਹਾਂ। ਏਡੇ ਵੱਡੇ ਸੰਘਰਸ਼ਾਂ ਦੇ ਵਹਿਣ ਹੁੰਦੇ ਆ ਨਾ, ਉਹਨੂੰ ਅਸੀਂ ਕਿਸੇ ਪਾਰਟਿਕੂਲਰ ਜਾਂ ਕਿਸੇ ਖਾਸ ਵਿਅਕਤੀਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ, ਇੱਥੇ ਹੀ ਗਲਤੀ ਕਰ ਜਾਂਦੇ ਆ। ਇਹ ਫਿਰ ਸਾਰੇ 5-10 ਲੋਕ, ਲੱਖ ਲੋਕ, 5-10 ਲੱਖ ਲੋਕ, ਹੋ ਸਕਦਾ ਗਿਣਤੀ ਇੱਦੂ ਵੀ ਵੱਡੀ ਹੋਵੇ, ਉਹ ਸਾਰੇ ਹੀ ਕਲਪਰੇਟ ਹੋ ਗਏ, ਉਹ ਸਾਰੇ ਹੀ ਵਿਲਨ ਹੋ ਗਏ ਕਿ ਇਕੱਲਾ ਦੀਪ ਸਿੱਧੂ ਵਿਲਨ ਹੋ ਗਿਆ। ਤੁਸੀਂ ਇਹੀ ਪਹਿਲਾਂ ਇਤਿਹਾਸ 'ਚ ਅਸੀਂ ਗਲਤੀਆਂ ਕੀਤੀਆਂ, ਅਸੀਂ ਸੰਘਰਸ਼ਾਂ ਦੇ ਵਹਿਣ ਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਹਾਂ ਅਤੇ ਇੱਕ ਬੰਦੇ ਨੂੰ ਵਿਲਨ ਬਣਾ ਦਿੰਦੇ ਹਾਂ। ਨਹੀਂ, ਉੱਥੇ ਸਾਰੀ ਸੰਗਤ ਦਾ ਜਿਹੜਾ ਰੌਂ ਸੀ, ਸੰਗਤ ਦਾ ਫੈਸਲਾ ਸੀ, ਉਹ ਦਿੱਲੀ ਜਾਣ ਦਾ ਸੀ, ਦਿੱਲੀ ਐਂਟਰ ਹੋਣ ਦਾ ਸੀ। ਦੋਸਤੋ ਇਸ ਸਭ ਤੋਂ ਬਾਅਦ ਹੁਣ ਐਕਟਰ ਅਤੇ ਸਾਂਸਦ ਸਨੀ ਦਿਓਲ ਦਾ ਇੱਕ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਦੀਪ ਸਿੱਧੂ ਬਾਰੇ ਕਾਫੀ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ। ਦੋਸਤੋ ਦੱਸ ਦਈਏ ਕਿ ਦੀਪ ਸਿੱਧੂ ਉਹ ਇਨਸਾਨ ਹੈ ਜਿਸ ਨੇ ਸਨੀ ਦਿਓਲ ਦੀਆਂ ਗੁਰਦਾਸਪੁਰ ਦੀਆਂ ਚੋਣਾਂ ਸਮੇਂ ਬਹੁਤ ਮਦਦ ਕੀਤੀ ਸੀ। ਸਨੀ ਦਿਓਲ ਨੇ ਟਵਿੱਟਰ ਉੱਪਰ ਉਹ ਲਿਖਿਆ ਹੈ ਕਿ ਜੋ ਕੱਲ੍ਹ ਲਾਲ ਕਿਲ੍ਹੇ ਵਿੱਚ ਹੋਇਆ ਉਹ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਚੋਣਾਂ ਸਮੇਂ ਦੀਪ ਸਿੱਧੂ ਜ਼ਰੂਰ ਮੇਰੇ ਨਾਲ ਸੀ, ਪਰ ਪਿਛਲੇ ਲੰਬੇ ਸਮੇਂ ਤੋਂ ਸਾਡਾ ਉਸ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ ਲਈ ਉਹ ਜੋ ਕੁਝ ਵੀ ਕਰ ਰਿਹਾ ਹੈ ਉਹ ਆਪਣੀ ਇੱਛਾ ਦੇ ਅਨੁਸਾਰ ਕਰ ਰਿਹਾ ਹੈ। ਸਨੀ ਦਿਓਲ ਨੇ ਆਖਿਆ ਹੈ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ। ਅਤੇ ਦੋਸਤੋ ਸੋਸ਼ਲ ਮੀਡੀਆ ਉੱਪਰੋਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖ ਰਿਹਾ ਹੈ ਕਿ ਦੀਪ ਸਿੱਧੂ ਆਪਣਾ ਟਰੈਕਟਰ ਛੱਡ ਕੇ ਕਿਸਾਨੀ ਅੰਦੋਲਨ ਤੋਂ ਭੱਜ ਰਿਹਾ ਹੈ ਅਤੇ ਉਸਦੇ ਪਿੱਛੇ ਪਿੱਛੇ ਕਿਸਾਨ ਵੀ ਭੱਜਦੇ ਜਾ ਰਹੇ ਹਨ ਅਤੇ ਜਿਸ ਤੋਂ ਬਾਅਦ ਦੀਪ ਸਿੱਧੂ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਜਾਂਦਾ ਹੈ ਅਤੇ ਉਸ ਅੰਦੋਲਨ ਦੇ ਵਿੱਚੋਂ ਉਹ ਨਿਕਲ ਜਾਂਦਾ ਹੈ। ਅਤੇ ਦੋਸਤੋ ਇਸ ਅੰਦੋਲਨ ਤੋਂ ਭੱਜਣ ਕਾਰਨ ਲੋਕ ਉਹਨਾਂ 'ਤੇ ਬਹੁਤ ਜ਼ਿਆਦਾ ਸ਼ੱਕ ਕਰ ਰਹੇ ਹਨ। ਤਾਂ ਦੋਸਤੋ ਤੁਹਾਡੇ ਦੀਪ ਸਿੱਧੂ ਬਾਰੇ ਕੀ ਵਿਚਾਰ ਹਨ? ਕੀ ਉਹ ਦੋਸ਼ੀ ਹੈ ਜਾਂ ਫਿਰ ਨਹੀਂ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਜੇਕਰ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ, ਫਿਰ ਇਨਫੋਰਮੇਟਿਵ ਲੱਗਦੀ ਹੈ, ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਹੋਰ ਤਾਜ਼ਾ ਅਪਡੇਟਸ ਲਈ ਅਤੇ ਇਸੇ ਤਰ੍ਹਾਂ ਦੀਆਂ ਡੇਲੀ ਨਿਊਜ਼ ਨੂੰ ਰੋਜ਼ਾਨਾ ਵੇਖਣ ਲਈ ਤੁਸੀਂ ਤੁਹਾਡੇ ਆਪਣੇ ਚੈਨਲ ਕਾਊਂਟਡਾਊਨ ਪੰਜਾਬੀ ਨੂੰ ਸਬਸਕ੍ਰਾਈਬ ਕਰਕੇ ਨਾਲੇ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰ ਲੈਣਾ ਅਤੇ ਸਾਡੀ ਸਪੋਰਟ ਜ਼ਰੂਰ ਕਰਨਾ।